ਘਰ ਦੀ ਕੁੰਡੀ ਖੜਕੇ ਜਾਂ ਡੋਰ ਬੈਲ ਵਜੇ ਤਾਂ ਥੋੜਾ ਸਾਵਧਾਨ ਰਹੋ। ਇਹ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਇਸੇ ਤਰ੍ਹਾਂ ਡੋਰ ਬੈਲ ਵਜਾ ਕੇ ਹਥਿਆਰਬੰਦ ਲੁਟੇਰੇ ਘਰ 'ਚ ਦਾਖਲ ਹੁੰਦੇ ਨੇ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। ਦੱਸਿਆ ਜਾ ਰਿਹਾ ਕਿ ਇਸ ਘਰ ਦੇ ਵਿੱਚ ਜਦੋਂ ਦਰਵਾਜ਼ਾ ਖੜਕਦਾ ਹੈ ਤਾਂ ਘਰ ਦੀ ਔਰਤ ਦਰਵਾਜ਼ਾ ਖੋਲਣ ਜਾਂਦੀ ਹੈ। ਦਰਵਾਜ਼ਾ ਖੋਲਦਿਆਂ ਹੀ ਹਥਿਆਰਬੰਦ ਲੁਟੇਰੇ ਤੁਰੰਤ ਅੰਦਰ ਵੜ ਜਾਂਦੇ ਨੇ ਤੇ ਬੰਦੂਕ ਤਾਨ ਦਿੰਦੇ ਨੇ। ਫਿਰ ਉਹ ਘਰ ਦੇ ਚੱਪੇ ਚੱਪੇ ਦੀ ਤਲਾਸ਼ੀ ਲੈਣ ਲੱਗ ਪੈਂਦੇ ਨੇ। ਜਦੋਂ ਦੇਖਦੇ ਨੇ ਕਿ ਮਾਸੂਮ ਬੱਚੇ ਸੁੱਤੇ ਹੋਏ ਨੇ ਤਾਂ ਬੱਚਿਆਂ ਦੇ ਉੱਤੇ ਬੰਦੂਕ ਤਾਨ ਲੈਂਦੇ ਨੇ ਤੇ ਔਰਤ ਨੂੰ ਘਰ ਦੀਆਂ ਚਾਬੀਆਂ ਦੇਣ ਲਈ ਕਹਿੰਦੇ ਨੇ। ਫਿਰ ਉਹ ਘਰ ਦੀਆਂ ਅਲਮਾਰੀਆਂ ਤੇ ਹਰ ਇੱਕ ਚੀਜ਼ ਫਰੋਲਦੇ ਨੇ। 12 ਲੱਖ ਦੀ ਨਗਦੀ ਤੇ 15 ਲੱਖ ਦੇ ਗਹਿਣੇ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਜਿਸ ਦੌਰਾਨ ਇਹ ਲੁੱਟ ਦੀ ਵਾਰਦਾਤ ਹੋ ਰਹੀ ਸੀ ਤਾਂ ਸਾਰਾ ਪਰਿਵਾਰ ਹੀ ਘਰ ਦੇ ਵਿੱਚ ਮੌਜੂਦ ਸੀ। ਘਰਦਿਆਂ ਦੇ ਸਾਹਮਣੇ ਬੱਚਿਆਂ ਤੇ ਬੰਦੂਕ ਤਾਣ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਰੀਬ ਅੱਧਾ ਘੰਟਾ ਇਹ ਲੁਟੇਰੇ ਘਰ ਦੇ ਵਿੱਚ ਤਲਾਸ਼ੀ ਲੈਂਦੇ ਰਹੇ ਨੇ ਅਤੇ ਜੋ ਵੀ ਸਮਾਨ ਮਿਲਿਆ ਹੈ ਹਰ ਕੀਮਤੀ ਚੀਜ਼ ਲੈ ਕੇ ਉੱਥੋਂ ਫਰਾਰ ਹੋ ਗਏ। ਉਧਰ ਘਰਦਿਆਂ ਦਾ ਕਹਿਣਾ ਹੈ ਕਿ ਪੁਲਿਸ ਵੀ ਲੇਟ ਪਹੁੰਚੀ ਹੈ। ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਕਾਫੀ ਦੇਰ ਬਾਅਦ ਉੱਥੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਹ ਮਾਮਲਾ ਜਲੰਧਰ ਦੇ ਸ਼ੀਤਲ ਨਗਰ ਦਾ ਹੈ ਜਿੱਥੇ ਇੱਕ ਕਾਰੋਬਾਰੀ ਦੇ ਘਰ ਦੇ ਵਿੱਚ ਹਥਿਆਰਬੰਦ ਲੁਟੇਰੇ ਦਾਖਲ ਹੁੰਦੇ ਨੇ ਅਤੇ 12 ਲੱਖ ਦੀ ਨਗਦੀ 15 ਲੱਖ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦੇ ਨੇ। ਪੂਰਾ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ। ਬੱਚਿਆਂ ਦੇ ਉੱਤੇ ਇਹ ਬੰਦੂਕ ਤਾਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਵੀ ਕਰ ਲਿਆ ਜਾਏਗਾ। ਪਰ ਵੱਡੀ ਗੱਲ ਇਹ ਹੈ ਕਿ ਇੱਥੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿ ਜਦੋਂ ਵੀ ਕੋਈ ਘਰ ਦੇ ਦਰਵਾਜ਼ੇ ਦੇ ਬਾਹਰ ਹੋਵੇ ਤਾਂ ਦੇਖ ਕੇ ਹੀ ਦਰਵਾਜ਼ਾ ਖੋਲਿਆ ਜਾਏ, ਕਿਉਂਕਿ ਘਰ ਦੇ ਵਿੱਚ ਸਾਰਾ ਪਰਿਵਾਰ ਮੌਜੂਦ ਹੋਣ ਦੇ ਬਾਵਜੂਦ ਵੀ ਇਹ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਨੇ। और 6:15 बजे आए वो और वो आए फटाफट दरवाज़ा ऐसे कुंडी बजाया और मैं सोची ये होंगे उनके दादा होंगे। मैंने थोड़ा सा दरवाज़ा खोला, बस फटाफट अंदर घुस गए और बंदूक मेरे ऊपर रख के बोले सामान दे। जब बच्चे कंबल में सोए थे वो कंबल देखे कि बच्चे भी सोए हैं तो मेरे ऊपर गन हटा के और बच्चे के ऊपर गन रख दिए उन्होंने। फिर बोले सामान दे जल्दी, तेरा घर वाला तेरा भाई बहुत पैसे कमाता है, सामान दे जल्दी। बस इतना बोल के फिर उस कमरे में चले गए। वो उस कमरे में जाके बक्सा था तोड़ रहे थे, वो नहीं टूटा। फिर इस कमरे में लाए वो बक्सा को, फिर इसमें भी नहीं टूटा तो फटाफट लेके भाग गए। वो बाइक मोटरसाइकिल से थे, वो दिक्कत में था, एक थोड़ा लंबा था पतला सा था। ये 6:15 बजे आए और 10 मिनट में चले गए, 6:30 बजे तक चले गए। कैश तो 11-12 लाख कैश तो उन लोग के पास था और गहने थे, सारा सामान मेरा गहना शादी में सारा चढ़ा हुआ था, वो सारे गहने थे। गहने तो वही 9-10 लाख का तो होगा ही, पूरा शादी में गहना चढ़ा था। इन्होंने चोरी सानू रिपोर्ट की है। अच्छा जी। तो भन्न तोड़ कोई नहीं हुई, कहते चोर आए तो सानू डरा के तो अंदरों साडा समान सोना वगैरह लै गए, बिल वगैरह हले इन्होंने पेश कर रहे हैं सानू। ਸਰ ਦੱਸਿਆ ਜਾ ਰਿਹਾ ਹੈ ਕਿ ਕੋਈ ਪਿਸਟਲ ਦੇ ਬਲ ਤੇ ਵੀ ਕੋਈ ਬੱਚੇ ਨੂੰ ਬੰਦਕ ਬਣਾ ਕਰ ਰਹੇ ਆ ਜੀ। ਵੈਰੀਫਾਈ ਕਿਹੜੀ ਜਗ੍ਹਾ ਤੋਂ ਹੋਈ ਹੈ ਲੁੱਟ? ਹਾਂਜੀ, ਏਰੀਆ ਕਰ 1 ਨੰਬਰ ਦਾ ਏਰੀਆ ਜੀ, ਸ਼ੀਤਲ ਨਗਰ। ਸ਼ੀਤਲ ਨਗਰ ਚੋਰੀ ਹੋਈ ਹੈ। ਕਿੰਨੇ ਦੀ ਦੱਸ ਰਹੇ? ਕਿੰਨੀ ਚੋਰੀ ਦੱਸ? ਇਹ ਚੋਰੀ ਹਲੇ ਵੈਰੀਫਾਈ ਕਰ ਰਹੇ ਆ ਜੀ ਅਸੀਂ। ਇਹਨਾਂ ਨੇ ਤਾਂ ਉੱਕਾ ਪੁੱਕਾ ਸਾਨੂੰ ਹਲੇ ਦੇਣਾ ਹੈ ਵੀ ਗਹਿਣੇ ਵੀ ਜਿਹੜੇ ਲੈ ਗਏ, ਬਿੱਲ ਵਗੈਰਾ ਇਹ ਹਲੇ ਇਕੱਠੇ ਕਰਨਗੇ। ਕਿੰਨੇ ਵਜੇ ਦੀ ਘਟਨਾ ਸਰ? ਇਹ ਸਵੇਰੇ 6 ਵਜੇ ਦੀ ਘਟਨਾ ਕਹਿੰਦੇ ਨੇ। ਇਹਨਾਂ ਦਾ ਇਹ ਵੀ ਆਰੋਪ ਹੈ ਕਿ 8 ਵਜੇ ਤੱਕ ਪੁਲਿਸ ਨਹੀਂ ਪਹੁੰਚੀ, 6:30 ਰਿਪੋਰਟ 2 ਹੈ ਹਲੇ ਸੀਸੀਟੀਵੀ ਅਸੀਂ ਚੈੱਕ ਕਰ ਰਹੇ ਨੇ। ਇਹਨਾਂ ਦੇ ਘਰੇ ਕੋਈ ਸੀਸੀਟੀਵੀ ਨਹੀਂ ਲੱਗਿਆ ਹੋਇਆ, ਅਸੀਂ ਜਿਹੜੇ ਗਲੀਆਂ ਦੇ ਸੀਸੀਟੀਵੀ ਚੈੱਕ ਕਰਾਂਗੇ।